वाहेगुरु जी का खालसा, वाहेगुरु जी की फतेह। अज आपां कुछ मसलियां नूं लैके विचार चर्चा करनी आ। पंजाब नाल संबंधित मसले ने। सब तो पहला पंजाब दे मुख्यमंत्री भगवंत सिंह मान जी, उन्हां बारे विचार चर्चा। फिर आपां भाई अमृतपाल सिंह बारे विचार चर्चा करनी आ। सब तो पहला मैं तुहानूं इक साडे पंजाबियां दे बड़े हरमन प्यारे मुख्यमंत्री भगवंत सिंह मान, उन्हां दी इक वीडियो सुनाउणा। उदू बाद फिर आपां अगली गल्लबात आ जिहड़ी ओह सरदार मान साहब बारे करांगे। सो आ सुणियो। क्योंकि देश को आजाद कराने में भी 90% कुर्बानियां पंजाबियों की हैं, और देश की आजादी को कायम रखने में भी हमारे जवान जो है सरहदों पर सीना तान के खड़े। अभी कुछ दिन पहले चार हमारे ए जी पंजाब दे ओ बड़े पंजाबी मां बोली दे लाडले पुत, जिन्हां नूं पंजाबी मां बोली ने भगवंत सिंह तों भगवंत सिंह मान पंजाबियां दा मान बनाया। पहला कलाकारी दे तौर दे उत्ते, फिर पंजाबियां ने अपने सिर दा ताज बनाया, सिर ते बिठाया पंजाब दा मुख्यमंत्री बना के। ए ओ पंजाब दे मुख्यमंत्री है जी सरदार भगवंत सिंह मान जी। इन खोल दे। सो हुण तुसी आप ही समझ लो कि पंजाब दा मुख्यमंत्री कह रहा है कि मैं पंजाबियां नूं संबोधन हो रहा जी, पंजाब दे 3 करोड़ लोकां नूं मैं दस रहा जी। पर बोली जनाब दी केड़ी है? ते तुसी आपे हिसाब ला लो वी बोली किन्हां नूं खुश करन लई वरती जा रही है। मैनूं लगदा कि पंजाब दा इह वाहद इक्को इक मुख्यमंत्री होणा है। आ कैप्टन वी अंग्रेजी अंग्रूजी दे विच हिंदी हुंदी जी मिला के बोल जांदा सी। पर सब तो ज्यादा जलूस जिहड़ा पिछले दिनां दे विच इह सरदार मान साहब कढ रहे, अपनी मां बोली दा जनाजा कढ रहे आ हिंदी दे विच। इन्हां दीआं लगातार कई भाषण इन्हां दे जदों भी लाइव हुंदे ने जां कोई पत्रकारां नाल गल करदे आ तां बहुत ही हिंदी वरतन लग गया अजकल जनाब। मैनूं लगदा जनाब नूं अजकल पंजाब दा लीडर ਤਾਂ ਬਣ ਕੇ ਦੇਖ ਲਿਆ, ਚਾਅ ਜਾ ਪੂਰਾ ਹੋ ਗਿਆ ਸ਼ਾਇਦ ਭਾਰਤ ਦਾ ਕੋਈ ਵੱਡਾ ਲੀਡਰ ਬਣਨ ਦੀ ਇਨ੍ਹਾਂ ਦੇ ਮਨ ਦੇ ਵਿਚ ਕੋਈ ਤਮੰਨਾ ਹੈ। ਇਸੇ ਕਰਕੇ ਜਿਹੜੀ ਆ ਸਾਰਾ ਕੁਛ ਹੋ ਰਿਹਾ। ਸੋ ਖੈਰ ਇਹ ਪੰਜਾਬੀ ਦੇ ਲਾਡਲੇ ਮਾਂ ਬੋਲੀ ਦੇ ਪੁੱਤ ਦੀ ਕਹਾਣੀ, ਜਿਹੜਾ ਅੱਜ ਕੱਲ ਮਾਸੀ ਨੂੰ ਬਹੁਤਾ ਪਿਆਰ ਕਰਨ ਲੱਗ ਗਿਆ, ਮਾਸੀ ਦਾ ਬੜਾ ਹੇਜ ਆਉਣ ਲੱਗ ਗਿਆ। ਸੋ ਇਹ ਤਾਂ ਅਸੀਂ ਇਹ ਗੱਲ ਤੇ। ਦੂਜੀ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀ ਇੱਕ ਹੋਰ ਵੀਡੀਓ ਸੁਣਾਉਣੀ ਆ, ਉਸ ਤੋਂ ਬਾਅਦ ਆਪਾਂ ਵਿਚਾਰ ਚਰਚਾ ਕਰਨੀ ਆ। ਲੰਮੀ ਚੌੜੀ ਵਿਚਾਰ ਚਰਚਾ ਹੋਣੀ ਹੈ ਮੇਰਾ ਵੀਰ, ਸੁਣ ਲਿਓ ਧਿਆਨ ਦੇ ਨਾਲ। ਤੇ ਆ ਇੱਕ ਅਗਲੀ ਜਿਹੜੀ ਇਹਨਾਂ ਦੀ ਗੱਲਬਾਤ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਆ ਸੁਣ ਲਿਓ ਇਹ ਵੀ। ਸਰਕਾਰ ਦਾ ਕੰਮ ਹੁੰਦਾ ਹੈ ਕਿ ਲੋਕਾਂ ਨੂੰ ਸਹੂਲਤਾਂ ਦੇ, ਇਹ ਵੀ ਕਰਦੇ ਆ। ਅੱਜ ਕੱਲ ਜਿਹੜਾ ਕੋਈ ਕੰਮ ਕਰਦਾ ਵਧੀਆ ਚਾਹੇ ਜੇਲ੍ਹ ਚ ਮਾਰੋ, ਜੇ ਕੋਈ ਰੋਜ਼ਗਾਰ ਕਰਦਾ ਹੈ ਡੈਮੋਕ੍ਰੇਸੀ ਹੈ ਉਹ ਜੋ ਲੋਚਨਾ ਕਰ ਸਕਦੇ ਨੇ। ਹੈਲਦੀ ਡਿਸਕਸ਼ਨ ਚੱਲਣਾ ਹੈ, ਹੈਲਦੀ ਕ੍ਰਿਟਿਜ਼ਮ ਚੱਲਣਾ ਹੈ। ਕੋਈ ਲੋਚਨਾ ਕਰਦਾ ਰਾਜਨੀਤੀ ਚੌਥੀ ਪਾਸ ਆ ਰਹੀ ਹੈ ਉਹਦੀ ਲੋਚਨਾ ਕਰਦਾ ਚਾਹੇ ਜੇਲ੍ਹ ਚ ਮਾਰੋ। ਹੁਣ ਤੁਸੀਂ ਮਾਨ ਸਾਹਿਬ ਦੀ ਦੂਜੀ ਗੱਲਬਾਤ ਵੀ ਸੁਣੀ ਹੈ ਕਿ ਜੇ ਕੋਈ ਸਰਕਾਰ ਦੀ ਆਲੋਚਨਾ ਕਰਦਾ, ਕੋਈ ਚਾਰ ਪੜੇ ਰਾਜੇ ਦੀ ਆਲੋਚਨਾ ਕਰਦਾ ਉਹਨੂੰ ਚੱਕ ਕੇ ਜੇਲ੍ਹ ਸਿੱਟ ਦਿੰਦੇ ਆ। ਇਹ ਮੋਦੀ ਬਾਰੇ ਕਹਿ ਰਿਹਾ, ਮਾਨ ਸਾਹਿਬ ਮੋਦੀ ਬਾਰੇ ਕਹਿ ਰਿਹਾ ਕਿ ਮੋਦੀ ਜੇ ਮੋਦੀ ਦੀ ਕੋਈ ਆਲੋਚਨਾ ਕਰਦਾ ਉਹਨੂੰ ਚੱਕ ਕੇ ਲੋਕ ਜੇਲ੍ਹ ਸਿੱਟ ਦਿੰਦੇ ਆ। ਪਰ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੇ ਆ, ਤੁਸੀਂ ਪੰਜਾਬ ਚ ਕੀ ਕਰ ਰਹੇ ਹੋ? ਤੁਸੀਂ ਕਿਹੜਾ ਲੋਕਤੰਤਰ ਦੀ ਰੱਖਿਆ ਕਰ ਰਹੇ ਹੋ? ਕੁੱਲ ਤਾਂ ਤੁਸੀਂ ਮੀਡੀਆ ਜਿਹੜਾ ਉਹ ਤੇ ਸਕੰਜਾ ਕਸਿਆ ਹੋਇਆ, ਕਿੰਨੇ ਚੈਨਲ ਬੰਦ ਕੀਤੇ, ਆਨ ਏਅਰ ਵਰਗੇ, ਡੇਲੀ ਪੋਸਟ ਵਰਗੇ, ਪੰਜਾਬੀ ਲੋਕ ਚੈਨਲ ਅਨਮਿਊਟ, ਗਲੋਬਲ ਪੰਜਾਬ ਟੀਵੀ, ਕਿੰਨੇ ਪੇਜ ਬੰਦ, ਕਿੰਨੇ ਪੱਤਰਕਾਰਾਂ ਤੇ ਪਰਚੇ। ਸੁਖਨੈਲ ਸਿੰਘ ਸਿੱਧੂ ਬਠਿੰਡਿਆ ਜੇਲ੍ਹ ਚ ਪਹੁੰਚਾਤਾ ਸੀਗਾ ਚੱਕ ਕੇ ਪਰਚਾ ਦੇ ਕੇ, ਦਬਾਅ ਬਣਿਆ ਉਹਦੇ ਪਰਚਾ ਰੱਦ ਕਰਤਾ। ਕਿੰਨੇ ਪੱਤਰਕਾਰਾਂ ਦੇ ਘਰੇ ਪੁਲਿਸ ਗਈ। ਇਹ ਕਿਹੜਾ ਲੋਕਤੰਤਰ ਹੈ ਜਨਾਬ?
ਤੁਸੀਂ ਕੱਲ ਪਰਸੋਂ ਇੱਕ ਪੰਜਾਬੀ ਟ੍ਰਿਬਿਊਨ ਅਦਾਰੇ ਵਾਲਿਆਂ ਨੇ ਕੋਈ ਸਮਾਗਮ ਰੱਖਿਆ, ਤੁਹਾਨੂੰ ਬੁਲਾ ਲਿਆ ਉਹਨਾਂ ਨੇ। ਤੁਸੀਂ ਉੱਥੇ ਬੋਲ ਰਹੇ ਸੀ ਕਿ ਅਸੀਂ ਪੱਤਰਕਾਰਾਂ ਨੂੰ, ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਭਾਈ ਤੁਸੀਂ ਸਰਕਾਰ ਦੀਆਂ ਖਾਮੀਆਂ ਕਮਜ਼ੋਰੀਆਂ ਦੱਸਿਆ ਕਰੋ। ਕਿਹੜਾ ਦੱਸੂਗਾ ਖਾਮੀ ਜਾਂ ਕਮਜ਼ੋਰੀ? ਜਿਹੜਾ ਕੋਈ ਮਾੜੀ ਮੋਟੀ ਤੁਹਾਡੀ ਆਲੋਚਨਾ ਕਰਦਾ, ਝੱਕ ਕੇ ਜੇਲ੍ਹ 'ਚ ਜਾਂ ਪਰਚਾ ਜਾਂ ਚੈਨਲ ਬੰਦ। ਜਹਿਦਾਰ ਦਾ ਟਵਿੱਟਰ ਤੁਸੀਂ ਟਵੀਟ ਤੁਸੀਂ ਉਡਾਤਾ ਸੀਗਾ ਅਕਾਲ ਤਖ਼ਤ ਸਾਹਿਬ ਦੇ, ਦਾ ਬਖਸ਼ਿਆ ਕਿਹਨੂੰ ਹੈ? ਕੋਈ ਟਿੱਪਣੀ ਕਰ ਦਿੰਦਾ ਥੱਲੇ ਤੁਹਾਡੇ ਖਿਲਾਫ, ਉਹਦੇ ਖਿਲਾਫ਼ ਮੁਕੱਦਮਾ। ਆਹ ਹਰਪ੍ਰੀਤ ਦੇਵਗਾਨਾ ਹੈ, ਉਹਦਾ ਬਣਾਇਆ ਹੋਇਆ ਉੱਥੇ ਫਿਰੰਗੀ ਪਾਣੀ ਰਾਜਪੁਰੇ ਕੋਲੇ, ਉਹਨੂੰ ਨੋਟਿਸ ਕੱਢਤਾ ਕਿ ਗੈਰ ਕਾਨੂੰਨੀ ਹੈ। ਤੁਸੀਂ ਬਖਸ਼ ਕਿਹਨੂੰ ਰਹੇ ਹੋ? ਮੈਂ ਤੁਹਾਡੇ ਖਿਲਾਫ਼ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਜੱਗ ਜ਼ਾਹਰ ਕਰਦਾ। ਮੇਰੇ ਤੇ ਪਰਚਾ ਦੇਤਾ ਸੀ ਯਾਦ ਹੈ, ਹਰੀ ਕੇ ਪੱਤਣ ਚਿੱਟੇ ਦਾ ਤੇ ਫਰੌਤੀਆਂ ਦਾ। ਬਖਸ਼ ਕਿਹਨੂੰ ਰਹੇ ਹੋ? ਹੁਣ ਤੁਸੀਂ ਚੀਕਾਂ ਮਾਰਦੇ ਹੋ ਸਾਡਾ ਜੀ, ਕੇਜਰੀਵਾਲ ਨੂੰ ਬੁਲਾ ਲਿਆ ਜੀ, CBI ਨੇ ਬੁਲਾ ਲਿਆ ਜੀ, ED ਨੇ ਬੁਲਾ ਲਿਆ ਜੀ, ਧੱਕਾ ਕਰ ਰਹੇ ਆ ਜੀ, ਤੇ ਤੁਸੀਂ ਪੰਜਾਬ ਚ ਕੀ ਕਰ ਰਹੇ ਹੋ? ਸਵਾਲ ਦਾ ਜਵਾਬ ਤਾਂ ਇਹ ਆ, ਮਤਲਬ ਸਭ ਤੋਂ ਜ਼ਿਆਦਾ ਜੇ ਕੋਈ ਗੱਪ ਮਾਰਨ ਦੇ ਵਿੱਚ ਅੱਗੇ ਗੱਲਾਂ ਕਰਦੇ ਹੁੰਦੇ ਸੀਗੇ ਲੋਕਾਂ ਨੂੰ ਬੁੱਧੂ ਬਣਾਉਣ ਦੇ ਵਿੱਚ, ਅੱਗੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਇਹ ਆਪਣੇ ਸੁਖਬੀਰ ਬਾਦਲ ਨੂੰ ਕਿਹਾ ਜਾਂਦਾ ਸੀ, ਜਾਂ ਹੋਰ ਲੀਡਰ ਵੀ ਬਹੁਤ ਗੱਪ ਮਾਰਦੇ, ਤੂੰ ਸਭ ਨੂੰ ਪਿੱਛੇ ਛੱਡ ਜਾਣਾ। ਇਹ ਮੈਨੂੰ ਲੱਗਦਾ ਵੀ ਤੂੰ ਸਾਰਿਆਂ ਨੂੰ ਮਾਤ ਪਾ ਜਾਏਗਾ ਇਸ ਕੰਮ ਦੇ ਵਿੱਚ, ਤੂੰ ਸਭ ਤੋਂ ਪਹਿਲਾਂ ਨੰਬਰ ਤੇ ਆਏਗਾ ਲੋਕਾਂ ਨੂੰ ਗੁੰਮਰਾਹ ਕਰਨ ਚ, ਝੂਠ ਫਾਨ ਮਾਰਨ ਚ, ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਚ। ਸੋ ਇਹ ਤੁਹਾਡਾ ਕਿਰਦਾਰ ਹੈ ਕਿ ਤੁਸੀਂ ਜੋ ਪੰਜਾਬ ਦੇ ਵਿੱਚ ਘਾਣ ਕਰ ਰਹੇ ਹੋ। ਹੁਣ ਮੈਂ ਅਗਲੀ ਗੱਲ ਕਰਨੀ ਚਾਹੁੰਦਾ, ਤੁਸੀਂ ਇਹ ਚ ਕਈ ਗੱਲਾਂ ਬੋਲੀਆਂ ਕਿ ਅਸੀਂ ਜੀ ਪੰਜਾਬ ਦੀ ਨੌਜਵਾਨੀ ਦੇ ਹੱਥਾਂ ਚ ਡਿਗਰੀਆਂ ਦੇਖਣਾ ਚਾਹੁੰਦੇ ਹਾਂ, ਅਸੀਂ ਪੰਜਾਬ ਦੀ ਨੌਜਵਾਨੀ ਨੂੰ ਇੱਕ ਵਧੀਆ ਭਵਿੱਖ ਦੇਣਾ ਚਾਹੁੰਦੇ ਹਾਂ। ਮਾਨ ਸਾਹਿਬ, ਪੰਜਾਬ ਦੀਆਂ ਜਵਾਨੀ ਦੀਆਂ ਨਾੜਾਂ ਚ ਸੂਈਆਂ ਤੇ ਸਰਿੰਜਾਂ ਨਹੀਂ ਦਿਖਦੀਆਂ? ਸ਼ਰੇਆਮ ਚਿੱਟਾ ਵਿਖਦਾ ਪਿੰਡ ਪਿੰਡ, ਕਿਹੜੇ ਡਰਾਮੇ ਕਰ ਰਹੇ ਹੋ? ਕਿੱਥੇ ਰੋਕ ਗਿਆ ਚਿੱਟਾ? 14 ਮਹੀਨੇ ਹੋ ਗਏ, 14 ਗੁਣਾ ਵੱਧ ਗਿਆ ਤੇਰੀ ਸਰਕਾਰ ਆਈ ਨੂੰ। ਦੱਸ ਦੇ ਜੇ ਰੁਕਿਆ ਤਾਂ, ਇੱਕ ਪਾਸੇ ਵੀ ਮੈਨੂੰ ਦਿਖਾ ਦੇ ਤੇਰੇ ਬਿਆਨਾਂ ਤੋਂ ਇਲਾਵਾ, ਤੇਰੇ SSP ਦੇ, ਤੇਰੇ DGP ਦੇ ਬਿਆਨਾਂ ਤੋਂ ਇਲਾਵਾ, ਤੇਰੇ ਪ੍ਰਸ਼ਾਸਨ ਦੇ ਬਿਆਨਾਂ ਤੋਂ ਇਲਾਵਾ ਕੋਈ ਮੈਨੂੰ ਦੱਸ ਦੇ ਵੀ ਤੂੰ ਕੋਈ ਹੁਣ ਤੱਕ ਚਿੱਟਾ ਰੋਕਿਆ ਹੋਵੇ, ਕੋਈ ਫੜਿਆ ਹੋਵੇ। ਸ਼ਰੇਆਮ ਵਿਖਦਾ ਹਰ ਪਿੰਡ, ਜਿਹੜੇ ਮਰਜ਼ੀ ਪਿੰਡ ਚ ਆ ਕੇ ਲੈ ਲਈ ਚਿੱਟਾ ਮਿਲ ਜੂਗਾ ਤੈਨੂੰ। ਤੇ ਰੋਜ਼ ਤੇਰੇ ਕੋਲ ਵੀ ਖ਼ਬਰਾਂ ਪਹੁੰਚਦੀਆਂ ਨੇ, ਵੀਡੀਓ ਪਹੁੰਚਦੀਆਂ ਨੇ, ਕਿਵੇਂ ਨੌਜਵਾਨ ਚਿੱਟੇ ਦੇ ਟੀਕੇ ਲਾ ਕੇ ਮਰ ਰਹੇ ਆ। ਕਿਹੜੀਆਂ ਡਿਗਰੀਆਂ, ਕਿਹੜੇ ਡਿਪਲੋਮਿਆਂ ਦੀ ਤੂੰ ਗੱਲ ਕਰ ਰਿਹਾ? ਜਵਾਨੀ ਦਾ ਟੀਕਾ ਨਾ ਮਰ ਚੱਲੀ ਜਾਂ ਬਾਹਰਲੇ ਮੁਲਕ ਨੂੰ ਭਰ ਚੱਲੀ? ਕਿਉਂ ਡਰਾਮੇ ਕਰਦਾ ਯਾਰ, ਕਿਉਂ ਬੈਰੀ ਬਣਿਆ ਹੋਇਆ ਪੰਜਾਬ ਦਾ, ਕਿਉਂ ਲੋਕਾਂ ਨੂੰ ਦੁੱਖ ਚ ਰੱਖ ਰਿਹਾ? ਇਸ ਕਰਕੇ ਤੁਹਾਨੂੰ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ। ਅਗਲੀ ਗੱਲ ਆ ਜਾਂਦੀ, ਅਗਲੀ ਗੱਲ ਮੈਂ ਤੈਨੂੰ ਪੁੱਛਣਾ ਚਾਹੁੰਦਾ, ਹੁਣ ਆਪਾਂ ਅਗਲੀ ਗੱਲ ਕਰਨੀ ਹੈ। ਉਹ ਤੇਰਾ ਇੱਕ ਨਚਾਰ ਜਾ, ਉਹ ਜਿਹੜਾ ਹੈਗਾ ਉਹ ਆਪਣਾ ਤੇਰਾ MLA ਆ ਦੇਵ ਮਾਨ, ਉਹ ਅੱਜ ਮੂਸੇ ਵਾਲੇ ਬਾਰੇ ਬੋਲੀ ਜਾਂਦਾ ਕਿ ਮੂਸੇ ਵਾਲਾ ਆਪਦੀ ਗਲਤੀ ਨਾਲ ਮਰ ਗਿਆ, ਆਪਦੀ ਗਲਤੀ ਨਾਲ ਮਰ ਗਿਆ। ਤੂੰ ਤਾਂ ਇਹ ਵੀ ਗੱਲ ਕਹਿ ਰਿਹਾ ਕਿ ਭਾਈ ਸਾਹਿਬ ਅਸੀਂ ਕੋਈ ਇੱਥੇ 3 ਕਰੋੜ ਲੋਕਾਂ ਨੂੰ ਸੁਰੱਖਿਆ ਦੇਣੀ ਹੈ, ਅਸੀਂ ਅਮਨ ਸ਼ਾਂਤੀ ਕਾਇਮ ਰੱਖਣੀ ਹੈ, ਅਸੀਂ ਭੰਗ ਨਹੀਂ ਹੋਣ ਦੇਣੀ, ਅਸੀਂ ਸਾਰੇ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ। ਜਵਾਬਦੇਹ ਤਾਂ ਫਿਰ ਤੇਰੇ ਕੋਲ ਮੂਸੇ ਵਾਲੇ ਦਾ ਮਾਂ ਪਿਓ ਵੀ ਜਵਾਬ ਮੰਗਦੇ ਨੇ। ਸ਼ਰੇਆਮ ਤੁਸੀਂ ਸਿਕਿਉਰਟੀਆਂ ਲੀਕ ਕਰਕੇ ਉਹਨੂੰ ਮਰਵਾਇਆ, ਤੁਹਾਡਾ ਹੱਥ ਹੈ ਇਸ ਗੱਲ ਦੇ ਵਿੱਚ। ਤੁਸੀਂ ਲੀਕ ਕੀਤੀਆਂ, ਤੁਹਾਡੇ ਬਲਤੇਜ ਪੰਨੂ ਨੇ ਕੀਤੀ ਸਿਕਿਉਰਟੀ ਵਾਲੀ ਗੱਲ ਦੀ ਲੀਕ ਕੀਤੀ, ਕਿੱਥੇ ਤੁਹਾਡਾ ਅੱਜ ਕੱਲ੍ਹ ਸਲਾਹਕਾਰ ਬਣਿਆ ਹੋਇਆ, ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ, ਜਿਹੜਾ ਜ਼ਿੰਮੇਵਾਰ ਆ ਮੂਸੇਵਾਲ ਦੀ ਮੌਤ ਦਾ। ਤੁਸੀਂ ਕਹਿੰਦੇ ਅਮਨ ਸ਼ਾਂਤੀ ਨਹੀਂ ਭੰਗ ਹੋਣ ਦੇਣੀ, ਅਸੀਂ ਆਹ ਨਹੀਂ ਕਰ ਦੇਣਾ, ਅਸੀਂ ਉਹ ਨਹੀਂ ਕਰ ਦੇਣਾ, ਵੱਡੇ ਵੱਡੇ ਦਮਗਜ਼ੇ ਮਾਰਦੇ ਹੋ, ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ। ਤੁਸੀਂ ਫੜ ਫੜ ਨੌਜਵਾਨਾਂ ਨੂੰ NSA ਲਾ ਲਾ ਕੇ ਉਹ ਅਸਾਮ ਸਿੱਟਤਾ ਚੱਕ ਕੇ, ਤੁਸੀਂ ਲੋਕਾਂ ਦੀਆਂ ਕੁੜੀਆਂ ਬੁੜੀਆਂ ਤੱਕ ਨਹੀਂ ਬਖਸ਼ੀਆਂ। ਅੰਮ੍ਰਿਤਪਾਲ ਦੇ ਘਰ ਵਾਲੀ ਕੁੜੀ ਉਹਨੂੰ ਬੁਲਾ ਕੇ ਜਲੀਲ ਕੀਤਾ ਗਿਆ 3 ਘੰਟੇ ਤੇਰੀ ਪੁਲਿਸ ਨੇ ਬਿਠਾ ਕੇ, ਜਦੋਂ ਕਿ ਭਾਰਤ ਦੇ ਜਿਹੜਾ ਗ੍ਰਹਿ ਮੰਤਰਾਲਾ ਉਹਦਾ ਬਿਆਨ ਆ ਗਿਆ ਕਿ ਸਾਡੇ ਵੱਲੋਂ ਕੋਈ ਵੀ ਲੁੱਕਆਊਟ ਜਿਹੜਾ ਨੋਟਿਸ ਉਹ ਜਾਰੀ ਨਹੀਂ ਹੋਇਆ ਉਸ ਕੁੜੀ ਦਾ, ਉਹਨੂੰ ਫੜ ਕੇ ਕਿਹਨੇ ਲਿਆਂਦਾ? ਇੱਥੋਂ ਬਘੇਲ ਅਰਗੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਹੀਨਾ ਮਹੀਨਾ ਇੱਥੇ ਰੱਖਿਆ ਕਿਹਨੇ? ਉਹਨਾਂ ਦੀਆਂ ਬੁੜੀਆਂ ਨੂੰ, ਉਹਨਾਂ ਦੀਆਂ ਘਰ ਵਾਲੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਪਰਿਵਾਰ ਨੂੰ। ਇੱਥੇ ਹੋਰ ਕਿੰਨੀਆਂ ਕੁੜੀਆਂ ਤੇ ਕਿੰਨੀਆਂ ਬੁੜੀਆਂ ਜਲੀਲ ਕੀਤੀਆਂ ਗਈਆਂ ਥਾਣੇ ਚ ਬਲਾ ਬਲਾ, ਕਿੰਨੇ ਨੌਜਵਾਨਾਂ ਨੂੰ 751 ਦੇ ਅੰਦਰ ਤੂੰ ਬੰਦ ਕਰਾਇਆ,
ਮੱਖੂ ਦੇ ਵਿੱਚ 307 ਦਾ ਪਰਚਾ ਦਰਜ ਹੋਇਆ ਪੱਤਰਕਾਰਾਂ ਦੇ ਉੱਤੇ, ਲੋਕਾਂ ਦੀਆਂ ਗੱਡੀਆਂ ਭੰਨੀਆਂ, ਲੋਕਾਂ ਦੇ ਮੋਬਾਈਲ ਤੱਕ ਪੁਲਿਸ ਨੇ ਨਹੀਂ ਦਿੱਤੇ, ਲੋਕਾਂ ਦੇ ਮੋਟਰਸਾਈਕਲ ਚਾ ਕੇ ਦਰਿਆ ਸਿੱਟਤੇ। ਤੂੰ ਗੱਲ ਕਰੇਗਾ ਕਿ ਅਸੀਂ ਲੋਕਾਂ ਨੂੰ ਸੁਰੱਖਿਆ ਦੇਣੀ ਹੈ, ਅਸੀਂ ਲੋਕਾਂ ਨਾਲ ਧੱਕਾ ਨਹੀਂ ਕਰਦੇ, ਅਸੀਂ ਕਿਸੇ ਬੇਕਸੂਰ ਨਾਲ ਕੋਈ ਧੱਕਾ ਨਹੀਂ ਕਰਦੇ, ਇਹ ਤੇਰੇ ਅੱਜ ਦੇ ਬਿਆਨ ਆ ਜਨਾਬ, ਜਿਹੜੇ ਤੂੰ ਜਲੰਧਰ ਚ ਬੋਲ ਰਿਹਾ ਕਿ ਅਸੀਂ ਕਿਸੇ ਬੇਕਸੂਰ ਨਾਲ ਧੱਕਾ ਨਹੀਂ ਕਰਦੇ। ਉਹ ਕੌਣ ਆ ਬਈ, ਕੀ ਕਸੂਰ ਆ ਵੀ ਕਿਸੇ ਦੀ ਮਾਂ ਦਾ, ਕਿਸੇ ਦੀ ਭੈਣ ਦਾ, ਕਿਸੇ ਦੀ ਘਰਵਾਲੀ ਦਾ ਤੁਸੀਂ ਚੱਕ ਚੱਕ ਅੰਦਰ ਦੇ ਰਹੇ ਜਿਨ੍ਹਾਂ ਨੂੰ, ਜਾਂ ਮਹੀਨਾ ਮਹੀਨਾ ਬਿਨਾਂ ਮੁਕੱਦਮਿਆਂ ਤੋਂ ਤੁਸੀਂ ਅੰਦਰ ਰੱਖਿਆ, ਜਾਂ ਕਿੰਨੇ ਹੋਰ ਨੌਜਵਾਨ ਜਿਹੜੇ ਉੱਥੇ ਮੇਰੇ ਕੋਲ ਘੱਲ ਖੁਰਦ ਆਏ ਵਿਚਾਰੇ, ਕੱਲ ਦੋ ਨੌਜਵਾਨ ਮੋਰਚੇ ਤੇ ਆਪਣਾ ਦਾਰਾਪੁਰ ਪਿੰਡ ਜ਼ਿਲ੍ਹਾ ਮੋਗੇ ਦੇ, ਉਹ ਕਹਿੰਦੇ ਬਾਈ ਬਿਨਾਂ ਗੱਲ ਤੋਂ ਪੁਲਿਸ ਨੂੰ ਤੰਗ ਕਰੀ ਜਾਂਦੀ ਹੈ। ਕਿੰਨੇ ਹੋਰ ਵਿਚਾਰੇ ਜਿਹੜੇ ਡਰਦੇ ਚੁੱਪ ਹੀ ਕਰ ਗਏ, ਬੋਲੇ ਹੀ ਨਹੀਂ, ਕਿਸੇ ਨੇ ਟਿੱਪਣੀ ਕਰੀ ਹੋਣੀ ਹੈ, ਕਿਸੇ ਨੇ ਕੋਈ ਪੋਸਟ ਸਾਂਝੀ ਕਰਤੀ ਹੋਣੀ, ਕੋਈ ਵੀਡੀਓ ਸਾਂਝੀ ਕਰਤੀ ਹੋਣੀ ਹੈ, ਉਹਨਾਂ ਨੂੰ ਚੱਕ ਚੱਕ ਕੇ ਪੁਲਿਸ ਡਰਾ ਡਰਾ ਕੇ ਜਲੀਲ ਕਰ ਰਹੀ ਹੈ। ਤੂੰ ਕਹਿੰਦੇ ਬੇਕਸੂਰ ਨੂੰ ਬੁਲਾਇਆ ਨਹੀਂ, ਜਦੋਂ ਫੜਨਾ ਹੀ ਸੀ ਅੰਮ੍ਰਿਤਪਾਲ ਨੂੰ, ਤੂੰ ਕਹਿੰਦਾ ਉੱਥੇ ਅਸੀਂ ਤਾਂ ਨਹੀਂ ਫੜਿਆ, ਤਾਂ ਭਜਾਤਾ ਸਾਡੇ, ਸਾਨੂੰ ਪਤਾ ਹੀ ਸੀ ਗੋਲੀ ਨਾ ਚੱਲ ਜੇ। ਇਹ ਗੋਲੀਆਂ ਦੀ ਗੱਲ ਨਹੀਂ, ਤੂੰ ਫੜਨਾ ਹੀ ਸੀ ਤਾਂ ਫਿਰ ਉੱਥੇ ਉਹਦੇ ਘਰੇ ਫੜ ਲੈਂਦੇ, ਉਹਦੇ ਘਰ ਨੂੰ ਘੇਰਾ ਪਾ ਕੇ ਫੜਿਆ ਜਾ ਸਕਦਾ ਸੀ, ਪਰ ਤੂੰ ਪੈਰਾ ਮਿਲਟਰੀ ਫੋਰਸ ਮੰਗਾਉਣੀ, ਉਹ ਫੋਰਸਾਂ ਮੰਗਾ ਕੇ ਇੱਕ ਮਾਹੌਲ ਬਣਾਉਣਾ, ਮਾਹੌਲ ਬਣਾ ਕੇ ਉੱਥੋਂ ਸਾਰਾ ਡਰਾਮਾ ਰਚਣਾ, ਫਿਰ ਸਿੱਖਾਂ ਦੇ ਮੱਥੇ ਤੇ ਬਦਨਾਮੀ ਦਾ ਦਾਗ ਮੜਨਾ, ਬਦਨਾਮ ਕਰਨਾ, ਕਿਰਦਾਰ ਕੁਸ਼ੀ ਕਰਨੀ ਸਿੱਖਾਂ ਦੀ, ਆਹ ਤੇਰੇ ਗੋਦੀ ਮੀਡੀਆ ਨੇ, ਤੇਰੇ ਕੌਲੀ ਚੱਟ ਮੀਡੀਆ ਪੰਜਾਬ ਵਾਲੇ ਨੇ ਜੋ ਕਿਰਦਾਰ ਕੁਸ਼ੀ ਕੀਤੀ, ਲਗਾਤਾਰ ਉਹ ਸਾਰਾ ਡਰਾਮਾ ਤੂੰ ਸੈਂਟਰ ਨਾਲ ਮਿਲ ਕੇ ਰਚਿਆ। ਐਵੇਂ ਥੋੜੀ ਅਮਿਤ ਸ਼ਾਹ ਤੈਨੂੰ ਉੱਥੇ ਕੱਲ ਬੰਗਲੌਰ ਚ ਬੋਲ ਰਿਹਾ ਸੀ ਕਿ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ, ਤੇਰੀ ਤਾਰੀਫ ਕਰ ਰਿਹਾ ਸੀ। ਇਹ ਮਿਲ ਕੇ ਤੁਸੀਂ ਗੇਮ ਖੇਡੀ, ਜੋ ਤੁਸੀਂ ਕਿਰਦਾਰ ਕੁਸ਼ੀ ਸਿੱਖਾਂ ਦੀ, ਪੰਜਾਬੀਆਂ ਦੀ, ਪੰਜਾਬ ਨੂੰ ਬਦਨਾਮ ਪੂਰੀ ਦੁਨੀਆਂ ਚ ਕੀਤਾ, ਇਹ ਤੇਰੀ ਕਹਾਣੀ ਚੱਲ ਰਹੀ ਆ। ਮਾਨ ਸਾਹਿਬ ਗੱਲ ਯਾਦ ਰੱਖੀ, ਇੱਥੇ ਬਹੁਤ ਆਏ, ਬਹੁਤਿਆਂ ਨੇ ਆਉਣਾ, ਤੂੰ ਵੀ ਤੁਰ ਜਾਣਾ, ਇੱਥੇ ਸਭ ਨੇ ਆ ਤੁਰ ਜਾਣਾ, ਬਥੇਰੇ ਆ ਤੁਰ ਗਏ, ਜਿਹੜੇ ਕਹਿੰਦੇ ਸੀ ਅਸੀਂ ਤਾਂ ਬੰਨ ਗਏ ਕੁਰਸੀ ਨਾਲ ਬੱਝ ਗਏ, ਸਾਨੂੰ ਕਿਹੜਾ ਹਲਾ ਦੂ, ਬਹੁਤ ਉਲਟਾ ਤੇ ਲੋਕਾਂ ਨੇ, ਇੱਥੇ ਬਹੁਤ ਲੱਦ ਤੇ, ਬਹੁਤ ਆਏ, ਬਾਦਲ ਵਰਗੇ ਆਏ, ਬਥੇਰੇ ਹੋਰ ਤੋਂ ਪਹਿਲਾਂ ਆਏ। ਜਿਹੜਾ ਪੰਜਾਬ ਨਾਲ ਨਹੀਂ ਨਾ ਖੜਦਾ ਉਹਦਾ ਹਸਰ ਬਹੁਤ ਮਾੜਾ ਹੁੰਦਾ ਹੈ। ਕਿ ਅੱਜ ਤੈਨੂੰ ਲੱਗਦਾ ਮੇਰੇ ਕੋਲ ਪਾਵਰ ਹੈ, ਤੈਨੂੰ ਨਸ਼ਾ ਸੱਤਾ ਦਾ ਗਰੂਰ ਹੈ ਇਹ ਪਾਵਰ ਦਾ, ਤੇ ਤੂੰ ਅੱਜ ਸਾਰੀ ਬੋਲੀ ਉਹਨਾਂ ਦੀ ਬੋਲਦਾ, ਤੇ ਤੂੰ ਪੰਜਾਬ ਨੂੰ ਦਾਅ ਤੇ ਲਾਈ ਬੈਠਾ, ਤੂੰ ਚੱਕ ਚੱਕ ਤਾਂ ਮੁੰਡੇ ਅੰਦਰ ਦੇਤੇ ਆ, ਨਸ਼ੇ ਲਵਾਤੀਆਂ, ਤੂੰ ਬੇਚਾਰਾ ਟਿੱਪਣੀ ਕਰਨ ਵਾਲਾ ਵੀ ਕੋਈ ਬਖਸ਼ਿਆ ਨੀ, ਪੱਤਰਕਾਰ ਤੂੰ ਨੀ ਬਖਸ਼ੇ, ਚੈਨਲ ਤੂੰ ਬੰਦ ਕਰਾਤੇ, ਤੂੰ ਕਿਹੜੇ ਲੋਕਤੰਤਰ ਦੀ ਗੱਲ ਕਰਦਾ, ਤੇਰੇ ਕੋਲ ਲਾਰਸ ਬਿਸਨੋਈ ਤਾਂ ਤੇਰੇ ਕੋਲ ਹਲੇ ਸਾਬਤ ਨੀ ਕਰ ਸਕਿਆ, ਤੂੰ ਇਹ ਗੱਲ ਹਲੇ ਤੂੰ ਜਾਂਚ ਹੀ ਨੀ ਕਰਾ ਸਕਿਆ ਕਿ ਲਾਰਸ ਬਿਸਨੋਈ ਨੇ ਕਿਹੜੀ ਜੇਲ ਚ ਇੰਟਰਵਿਊ ਦਿੱਤੀ ਆ। 2 ਮਹੀਨੇ ਹੋ ਗਏ ਇੰਟਰਵਿਊ ਆਈ ਨੂੰ, ਤੇਰੇ ਕੋਲ ਕੋਈ ਸੈੱਟ, ਕੋਈ ਜਾਂਚ, ਕੋਈ ਲਾਰਸ ਬਿਸਨੋਈ ਤੇ ਪਰਚਾ, ਕੋਈ ਉਹਨੂੰ ਰਿਮਾਂਡ ਤੇ ਲਿਆ, ਇਸ ਗੱਲ ਬਦਲ ਵੀ ਕਿੱਥੋਂ ਕਿੱਥੋਂ ਤੇਰੀ ਭਾਈ ਇੰਟਰਵਿਊ ਤੂੰ ਕਿੱਥੋਂ ਦਿੱਤੀ ਹੈ ਦੱਸ। ਗੱਲਾਂ ਨੂੰ ਕਰਦਾ ਕਿ ਮੈਂ ਜੀ ਇੱਥੇ ਕਾਨੂੰਨ ਨੂੰ ਬਹਾਲ ਰੱਖਣਾ ਜੀ, ਮੈਂ ਇੱਥੇ ਕਿਸੇ ਨੂੰ ਕੋਈ ਐ ਨਹੀਂ ਕਰਨ ਦੇਣਾ, ਮੈਂ ਉਹ ਨਹੀਂ ਕਰਨ ਦੇਣਾ, ਮੈਂ ਤੇਰੇ ਕੋਲ ਜਵਾਬ ਮੰਗਦਾ ਭਾਈ ਸਾਹਿਬ, ਜੇ ਹੈ ਹਿੰਮਤ ਤੂੰ ਕੱਲ ਮੀਡੀਆ ਦੇ ਪੰਜਾਬੀ ਟ੍ਰਿਬਿਊਨ ਦੇ ਉੱਥੇ ਤੈਨੂੰ ਬੁਲਾਇਆ, ਵੈਸੇ ਤਾਂ ਚੈਨਲ ਚੁਣਨ ਵਾਲਾ ਵੀ ਇਹੋ ਜਿਹੀਆਂ ਕਿਰਾਂ ਬੜਕ ਮਾਰ ਦਿੰਦੇ ਆ, ਮਗਰੋਂ ਇਹ ਮਾੜਾ ਜਿਹਾ ਕੋਈ ਫੋਨ ਕਰ ਦੇਣਾ ਫਿਰ ਗੱਟੇ ਲਵੇੜ ਲੈਂਦੇ ਹੋ ਤੁਸੀਂ, ਨਾ ਹੋਣੀਆਂ ਲੱਤਾਂ 'ਚ ਫਿਰ ਉਨੀ ਜਾਨ ਹੈ ਵੀ ਖੜ ਕੇ ਆਲੋਚਨਾ ਕਰ ਦਿਓ। ਆ ਕੱਲੇ ਅਖਬਾਰਾਂ ਦੇ ਵਿੱਚੋਂ ਸਾਰੇ ਕੋਡੇ ਹੋ ਗਏ, ਵਿੱਚ ਚੈਨਲਾਂ ਚੁਣਨ ਵਾਲੇ ਕੋਡੇ ਹੋ ਗਏ, ਆ ਥੋੜੇ ਮੋਟੇ ਚੈਨਲ ਖੜੇ ਆ ਜਿਹੜੇ ਡਟ ਕੇ ਵਿਰੋਧ ਤੇਰੀ ਮੁਖਾਲਫਤ ਕਰਦੇ ਆ, ਤੇਰੀਆਂ ਕਰਤੂਤਾਂ ਜੱਗ ਜ਼ਾਹਰ ਕਰਦੇ ਆ ਯਾਰ। ਆ ਅਜੀਤ ਕੱਲਾ ਅਖਬਾਰ, ਕੱਲਾ ਅਜੀਤ ਖੜਾ ਜੋ ਅੱਜ ਤੇਰੇ ਸਾਰੇ ਤੇਰੇ ਜੋ ਕੱਚੇ ਚਿੱਠੇ ਨੇ ਤੇਰੇ, ਜੋ ਤੂੰ ਕਰ ਰਿਹਾ ਪੰਜਾਬ ਦੇ ਨਾਲ ਉਹ ਸਾਰਾ ਜੱਗ ਜ਼ਾਹਰ ਕਰਦੇ ਆ, ਬਾਕੀ ਸਾਰੇ ਤੇਰੇ ਅਖਬਾਰ ਖਬੂਰ ਤੂੰ ਥੱਲੇ ਲਾ ਲੇ, ਉਹਨਾਂ ਦੀ ਬੋਲਤੀ ਬੰਦ ਕਰਾਤੀ, ਸਾਰੇ ਚੈਨਲ ਤੂੰ ਖਰੀਦੀ ਬੈਠਾ, ਥੱਲੇ ਲਾਈ ਬੈਠਾ, ਡਰਾਈ ਬੈਠਾ, ਕਿਹੜਾ ਚੈਨਲ ਤੇਰਾ ਬੋਲਦਾ, ਸਾਰੇ ਤੇਰੀ ਤੂੰ ਦੀ ਬੁਲਾਉਂਦੇ ਆ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਤੂੰ ਕਰ ਰਿਹਾ ਇਹ ਚੰਗੀਆਂ ਨਹੀਂ ਹੈਗੀਆਂ, ਪੰਜਾਬ ਪੱਖੀ ਗੱਲਾਂ ਨਹੀਂ ਹੈਗੀਆਂ। ਬੰਦੇ ਕੋਲ ਪਾਵਰਾਂ ਪੂਵਰਾਂ ਤਾਂ ਆਉਂਦੀਆਂ ਜਾਂਦੀਆਂ, ਬੰਦਿਆਂ ਦਾ ਇੱਕ ਕਿਰਦਾਰ ਬੋਲਦਾ ਹੁੰਦਾ, ਇੱਕ ਇਤਿਹਾਸ ਬੋਲਦਾ ਹੁੰਦਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹੜੇ ਬੰਦੇ ਨੇ ਆਪਣੇ ਸਮੇਂ ਦੇ ਵਿੱਚ ਪੰਜਾਬ ਲਈ ਖੜਿਆ ਤੇ ਪੰਜਾਬ ਲਈ ਕੀ ਕੀਤਾ, ਉਹ ਤੇਰੇ ਪੱਲੇ ਕੱਖ ਹੈ ਨਹੀਂ। ਇਸ ਕਰਕੇ ਤੂੰ ਆਰਟੀਆਈ ਤੂੰ ਸਾਰੀਆਂ ਤੁਸੀਂ ਬੰਦ ਕਰਾਈ ਬੈਠੇ ਹੋ, ਕੋਈ ਆਰਟੀਆਈ ਦੀਆਂ ਤੁਹਾਡੇ ਕੋਲ ਜਾਣਕਾਰੀ ਮੰਗਦਾ ਉਹ ਸਾਰੀ ਤੁਸੀਂ ਬੰਦ ਕਰਾਈ ਬੈਠੇ ਹੋ, ਜਿਹੜਾ ਤੇਰੇ ਨਾਲ ਹੋ ਜਾਂਦਾ ਉਹ ਡੇਲੀ ਪੋਸਟ ਵਾਲੇ ਤੇਰੇ ਨਾਲ ਹੋ ਗਏ, ਖੁਦ ਚੈਨਲ ਚਲਾਤਾ, ਕੱਲ ਨੂੰ ਆਨੇਰ ਵਾਲਾ ਮੱਕੜ ਤੇਰੇ ਨਾਲ ਹੋ ਜਾਣਾ ਉਹਨਾਂ ਨਾਲ ਚਲਾ ਦੇਗਾ, ਜਿਹੜੇ ਆ ਕੇ ਮਿੰਨਤ ਅਰਲਾ ਕਰ ਲੈਂਦੇ ਆ ਗੋਡੇ ਹੋ ਜਾਂਦੇ ਆ ਉਦੋਂ ਚਲਾ ਦੇਣਾ। ਬਾਕੀ ਜਿਹੜੇ ਲੋਕ ਬੋਲਦੇ ਨੇ ਆਲੋਚਨਾ ਕਰਦੇ ਨੇ, ਲੋਕਤੰਤਰ ਦਾ ਸਭ ਤੋਂ ਵੱਡਾ ਮਜ਼ਬੂਤ ਹਥਿਆਰ ਹੁੰਦਾ ਆਲੋਚਨਾ, ਆਲੋਚਨਾ ਤੂੰ ਖੁਦ ਕਹਿੰਦਾ ਰਿਹਾ ਸਟੇਜਾਂ ਤੇ
कि सानू बोलने नहीं दिता जाता, आलोचना करनी सिखो, इन्हां लीडरां नूं सवाल करो। अज तेरे ते कोई सवाल चकदा परचा, चैनल बंद, पेज बंद, पुलिस दीआं धमकीआं, पत्रकार अंदर बंद, पत्रकारां दे परचे दर्ज। सो इस करके एक आपां गल करनी सी, इह अगली आपां गल करनी आ भाई अमृतपाल सिंह बारे, उन्हां दी गिरफ्तारी होई आ। हुण मैं एक तां उन्हां बारे जिहड़ी लगातार प्रापेगंडा गोदी मीडिया ने प्रचार किया, प्रापेगंडा किया, ओ जी एक पुलिस ने बड़ा पहला बदनाम करने की कोशिश की, प्रशासन का बहुत जोर लग्या, मीडिया का, एजेंसिया का, कुल का जोर लग्या, बिच इन्हां दा जोर लग्या, ओ जी भज गया जी, पहला तो जी कृपान सुट के भज गया जी, ये खबर चलाई, फिर वह जी उत्थों अपना चोला ला के भज गया जी, फिर वह रेहड़े ते भज गया जी, ये कदे कहंदे सी नेपाल भज गया जी, कदे कदे यूपी वग गया जी, कदे कदे दिल्ली वग गया जी, कदे कदे पीलीभीत वग गया, उत्थों फिर वापस आ गया जी, कदे उन्हें बाल कटा ले जी, ये बड़ा कुछ होया, लगातार चलिया, लगातार उहदी करदार कुशी नहीं, उहदे नाल सिखां दी करदार कुशी करन दी जिहड़ी लगातार कोशिश हुंदी रही, अज भी देखो जिहड़ा तां इह जिहड़ा इत्थों दा गोदी मीडिया उहने तां जो करना अज भी लग्या होया, वह तो अज भी चल रहा है, जो पंजाब का कौली चट मीडिया वह भी अज लग्या होया। पर अज आ मैं जेडे इत अपने आप नू बड़े पंजाब हतैशी कहाउंदे आ, पंजाब दर्दी कहाउंदे आ कि असी बहुत पंजाब का भला सोचने, पंजाब नू ऐ ना हो जाए, पंजाब नू ओ ना हो जाए, वह कई तक कल्ले फेसबुक बुकां दीआं वाले ने, कोई पेजा पूजा ते बैठे रहिंदे आ, लोकां दीआं कुड़ियां दीआं फोटोआं यार पाई जांदे ने बैठे, मैं कल एक पता नहीं किहड़ा पेज पूजा बनाई बैठा, उहदे उत्ते इक बिकनी पाई हुई है, कुड़ी दे निकर पाई हुई है, उहदी फोटो चलाई जांदे आ, ये किरदार ने साडे, इहे जे किरदार दे बंदे जिहड़े अपने आप नूं पंजाब दर्दी कहाउंदे, उहनां नूं बड़ा जोर लग्गिया ना सिखां दी किरदार कुशी करन दे उत्ते, इह निजी इहनां लोकां नूं कि माड़ी मोटी किड़ होणी है किसे बंदे दे नाल, पर इह जिहड़ियां करतूतां कर रहे हो तुसीं, किसे शहीद दी ओह मतलब पता नहीं भतीजी है कि पता नहीं भाण जी है, ऐ नहीं मेरा ध्यान च, पर मैं देख रहा सीगा सोशल मीडिया के उत्ते उहदियां फोटोआं कुड़ी दीआं पा के, वह निकर वाली फोटो चलाई जाते, उन्हों का बड़ा जोर लग्या जिन्होंने लगातार अपने आप पंजाब दर्दी होने के, जो बहुत बड़े अखौती अपने आप को विद्वान कहाउंदे है, कहिंदे नूं लगदा साडे जिन्ना कोई सियाणे ही नहीं, उन्हों का भी बड़ा जोर लग्या होया सी ये किरदार कुशी करन दे उत्ते, अज भी हुण पुलिस कही जांदी असीं तां जी कहिंदे फड़िया जी, अज भी तां चल रहा ना, असीं फड़ के इहनूं इत्थों ही फड़ लिया जी आके जी, उहदा हुण जग जाहिर ही हो गया, लोकां ने भी दसता भी फड़िया की होया की नहीं होया, आही कौली जट मीडिया पहला कही जांदा सी पुलिस कोल फड़ लिया जी, ये उन्हां कोले फड़िया वा जी, फलाने ठां जी, टिमके ठां जी, अज हुण उही गल्लां होर करी जांदे ने यार। सो इस करके एक तां आ हां खबर आ भी आ कि है एक आ गई खबर खड़ जा, सरेंडर दीआं खबरां नूं नकार, मंत्री हरपाल चीमा ने अमृतपाल की गिरफ्तारी का ठोकिया दावा, हुण सरकार आप दीआं नाकामियां नूं लुकाउण की कोशिश आ कि फड़िया जी असीं फड़िया जी, दस कमाल है यार, पहला उन्हूं बदनाम करन ते सिखां नूं बदनाम करन ते, फिर उन्हूं हुण इस काम ते लगे होए कि असीं उन्हूं फड़िया, आ गोदी मीडिया ते जिहड़ा कौली चट मीडिया पंजाब दा, मैं इन्हां नूं पुछना चाहुंदा है तो जदों दरबार साहिब वाली घटना वापरी आ ਉਹ ਤਾਂ ਤੁਸੀਂ ਬੜਾ ਚਲਾਇਆ ਹੈਸ਼ਟੈਗ ਸਿੱਖ ਅੱਤਵਾਦੀ ਲਾ ਕੇ ਉਹਨੂੰ ਟਰੈਂਡਿੰਗ ਚ ਲੈ ਗਏ ਤੇ ਬੜਾ ਕੂੜ ਪ੍ਰਚਾਰ ਕੀਤਾ, ਅਕੌਲੀ ਜੱਟ ਮੀਡੀਆ ਨੇ ਵੀ ਇਹ ਮੌੜਾ ਜੀ, ਇਹ ਫਲਾਨਾ ਜੀ, ਇਹ ਟਿਮਕਾ ਜੀ, ਆਹ ਹੁਣ ਚਾਰ ਵਿਚਾਰੇ ਸ਼ਹੀਦ ਹੋ ਗਏ, ਪੰਜਾਂ ਚੋਂ ਚਾਰ ਸਿੱਖ ਨੇ, ਕੱਢ ਲਿਆ ਐਵਰੇਜ ਕਿੰਨੀ ਬਣਦੀ ਹੈ, 95% ਬਣਦੀ ਹੈ, 96% ਜੇ ਐਵਰੇਜ ਕੱਢੋਗੇ 100 ਮਗਰ, ਚਾਰ ਸਿੱਖ ਸ਼ਹੀਦ ਹੋਏ ਨੇ, ਹੁਣ ਤੁਹਾਡੀ ਬੋਲਤੀ ਬੰਦ ਹੋ ਗਈ, ਹੁਣ ਕੋਈ ਬੋਲਿਆ ਨੀ, ਉਹਨਾਂ ਦੀਆਂ ਲਾਸ਼ਾਂ ਤਿਰੰਗੇ ਚ ਲਪੇਟ ਕੇ ਆਈਆਂ ਨਾ ਪਿੰਡ, ਹੁਣ ਇਹ ਗੋਦੀ ਮੀਡੀਆ ਦੱਸੂਗਾ, ਆਪਣੇ ਪੂਰੇ ਭਾਰਤ ਦੱਸੂਗਾ ਵੀ ਪੰਜਾਂ ਦੇ ਵਿੱਚ ਚਾਰ ਸਿੱਖ ਨੇ, ਜਾਂ ਕੌਲੀ ਜੱਟ ਮੀਡੀਆ ਜਿਹੜਾ ਜਾ ਕੇ ਇਹਨਾਂ ਦਾ ਚੱਪਲਾਂ ਚੱਟਦਾ ਜਾ ਕੇ ਪੰਜਾਬ ਵਾਲੇ, ਪੰਜਾਬ ਦਾ ਬਹੁਤ ਕੌਲੀ ਜੱਟ ਮੀਡੀਆ, ਜਿਹਨੂੰ ਮੈਂ ਕਹਿਣਾ ਚਾਹੁੰਦਾ ਸਮਝ ਹੀ ਰਹੇ ਕਿਹੜੇ ਆ, ਉਹ ਤੁਹਾਨੂੰ ਲੋਕ ਹੀ ਦੱਸੀ ਜਾਂਦੇ ਰਹਿੰਦੇ ਵੀ ਤੁਹਾਡੀ ਕੀ ਆਕਾਤ ਆ, ਤੁਹਾਡੀ ਕੀ ਕਿਰਦਾਰ ਨੇ ਤੁਹਾਡੇ, ਉਹ ਚਲਾਉਣਗੇ ਕਿੰਨਾ ਗੱਲਾਂ ਨੂੰ ਦੱਸਣਗੇ
ਇੱਥੋਂ ਦੇ ਗੋਦੀ ਮੀਡੀਆ ਨੂੰ ਤੇ ਦੁਨੀਆ ਨੂੰ ਕਿ ਆ ਪੰਜਾਂ ਚੋਂ ਚਾਰ ਸਾਡੇ ਸਿੱਖ ਨੇ। ਇਸ ਗੱਲ ਲਈ ਪੰਜਾਬ ਦੇ ਲੋਕੋ ਤੁਹਾਡੇ ਦਿਮਾਗ ਨਾਲ ਖੇਡਿਆ ਜਾ ਰਿਹਾ। ਇੱਕ ਗੱਲ ਹੋਰ ਸੁਣ ਲਓ, ਹੁਣ ਇਹਨਾਂ ਨੇ ਆਪਣਾ ਜਿੰਨਾ ਆਈ ਟੀ ਸੈੱਲ ਹੈ, ਜਿੰਨੇ ਪੜ੍ਹ ਲਿਆ ਕਰੋ ਮੁੱਖ ਮੰਤਰੀ ਸਾਹਿਬ ਥੱਲੇ ਟਿੱਪਣੀਆਂ ਪੜ੍ਹ ਲਿਆ ਕਰੋ ਲੋਕਾਂ ਦੀਆਂ, ਤੁਹਾਨੂੰ ਖੰਡ ਪਾਉਂਦੇ ਆ ਜਿਹੜੇ, ਉਹ ਸਾਰੀਆਂ ਇਹ ਉੱਥੋਂ ਹਟਾ ਦਿੰਦੇ ਆ। ਆਪਣੇ ਆਈ ਟੀ ਸੈੱਲ ਨੂੰ ਲਾਇਆ ਹੋਇਆ ਵੀ ਜੇ ਕੋਈ ਗਲਤ ਟਿੱਪਣੀ ਕਰਦਾ ਸਾਰੀਆਂ ਹਟਾ ਦਿਓ। ਇਹ ਕਿੰਨਾ ਚਿਰ ਕਰੋਗੇ ਯਾਰ, ਚੰਮ ਦੀਆਂ ਕਿੰਨਾ ਚੱਲ ਚੱਲਣਗੀਆਂ। ਅੱਛਾ ਜਲੰਧਰ ਤੁਹਾਨੂੰ ਦਿਖਾ ਦੇਣਗੇ ਕਾ ਤੁਹਾਡੀ ਪੂਰਾ ਥੋੜਾ ਜ਼ੋਰ ਲੱਗਿਆ, ਪੂਰੀ ਸਰਕਾਰੀ ਮਸ਼ੀਨਰੀ ਜੋ ਤੁਸੀਂ ਹਰ ਹਰ ਵਾਰ ਤੇ ਵਰਤ ਰਹੇ ਹੋ, ਹਰ ਤਰੀਕਾ ਵਰਤ ਰਹੇ ਹੋ, ਵੋਟਾਂ ਮੁੱਲ ਵੀ ਲਓਗੇ, ਲੋਕਾਂ ਨੂੰ ਡਰਾ ਵੀ ਰਹੇ ਹੋ, ਧਮਕਾ ਵੀ ਰਹੇ, ਕੁੱਲ ਤਰੀਕਾ ਵਰਤ ਰਹੇ ਹੋ, ਪਰ ਲੋਕ ਤੁਹਾਨੂੰ ਦੱਸ ਦੇਣਗੇ, ਹੁਣ ਦਿਖਾ ਦੇਣਗੇ ਕਾ ਤੁਹਾਡੀ ਵੀ ਤੁਸੀਂ ਪੰਜਾਬ ਲਈ ਕੀ ਕੀਤਾ। ਸੋ ਇਸ ਲਈ ਗੱਲ ਇਹੀ ਸੀ, ਪਹਿਲੀ ਗੱਲ ਆਪਾਂ ਇਹੀ ਕੀਤੀ ਹੈ ਕਿ ਜੋ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਨਾਲ ਕੀ ਕਰ ਰਿਹਾ। ਅੱਜ ਦਿੱਲੀ ਦਾ ਹੱਥ ਠੋਕਾ ਬਣ ਕੇ ਅੱਜ ਉਹ ਕੀ ਕਰ ਰਿਹਾ, ਇੱਕ ਤਾਂ ਮੈਂ ਉਹ ਤੁਸੀਂ ਆਪੇ ਸਮਝ ਲਓ, ਜਿਹੜਾ ਹਿੰਦੀ ਚ ਪ੍ਰਵਚਨ ਦਿੰਦਾ ਹੈ ਸਮਝ ਲਿਆ ਵੀ ਕਿੱਥੋਂ ਫਿਰ ਇਹਦੀ ਤਾਰ ਕਿੱਥੇ ਖੜਕਦੀਆਂ ਨੇ ਇਹਦੀਆਂ ਤਾਰਾਂ। ਤੇ ਦੂਜਾ ਮੈਂ ਅੰਮ੍ਰਿਤਪਾਲ ਸਿੰਘ ਬਾਰੇ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਮੈਂ ਪਹਿਲੇ ਦਿਨ ਹੀ ਗੱਲ ਕਹਿਤੀ ਸੀ, ਜਿੱਦੇ 19 ਤਰੀਕ ਨੂੰ ਮੈਂ ਬੋਲਿਆ, 18 ਦੀ ਇਹ ਘਟਨਾ, 19 ਤਰੀਕ ਨੂੰ ਮੈਂ ਬੋਲਿਆ ਸੀਗਾ ਮੂਸੇਵਾਲੇ ਦੀ ਬਰਸੀ ਦੇ ਉੱਤੇ। ਇਹ ਸਾਰੀਆਂ ਵੀਡੀਓ ਨੇ ਡਿਲੀਟ ਕਰਾਤੀਆਂ ਸੀ, ਮੁੜ ਕੇ ਚੱਕ ਕੇ ਚੱਲਣਾ ਤਾਂ ਉਹਨਾਂ ਨੇ। ਉਦੇ ਮੈਂ ਬੋਲਿਆ ਸੀ ਕਿ ਕਿਤੇ ਨੀ ਭਜਦਾ, ਜੇ ਦੁਬਈ ਤੋਂ ਪੰਜਾਬ ਲਈ ਆਇਆ ਤਾਂ ਪੰਜਾਬ ਲਈ ਖੜੂਗਾ, ਪੰਜਾਬ ਲਈ ਲੜੂਗਾ। ਉਹਨੇ ਕੱਖ ਮਾੜਾ ਨਹੀਂ ਕੀਤਾ, ਨਸ਼ੇ ਛੜਾਏ ਨੇ, ਅੰਮ੍ਰਿਤ ਸੰਚਾਰ ਕਰਾਇਆ, ਲੋਕਾਂ ਨੂੰ ਗੁਰਬਾਣੀ ਦੇ ਲੜ ਲਾਇਆ। ਇਹ ਬਹੁਤ ਉਹਦੇ ਖਿਲਾਫ ਜੋ ਉਹਦੀ ਕਰਦਾਰ ਕੁਸ਼ੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ, ਪਰ ਉਹ ਲੋਕਾਂ ਨੇ ਉਸ ਗੱਲ ਨੂੰ ਇਹਨਾਂ ਦੀ ਨੂੰ ਨਕਾਰਿਆ, ਲੋਕਾਂ ਨੇ ਨਹੀਂ ਮੰਨਿਆ। ਲੋਕ ਸਮਝਦਾਰ ਨੇ, ਲੋਕ ਸਿਆਣੇ ਨੇ। ਸੋ ਇਸ ਕਰਕੇ ਜੋ ਇਹਨਾਂ ਨੇ ਕੀਤਾ ਹੁਣ ਤੱਕ ਪ੍ਰਾਪੇਗੰਡਾ, ਜੋ ਕੀਤਾ ਜਾਂ ਆਉਣ ਵਾਲੇ ਸਮੇਂ 'ਚ ਜੋ ਕਰਨਗੇ, ਹੁਣ ਦੇਖੋਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਆਉਣੇ ਆ। ਸੋ ਇਸ ਕਰਕੇ ਤੁਸੀਂ ਇਸ ਗੱਲ ਦਾ ਖਿਆਲ ਰੱਖਿਆ ਕਰੋ ਕਿ ਇਹਨਾਂ ਦੀਆਂ ਗੱਲਾਂ 'ਚ ਆਉਣ ਦੀ ਬਜਾਏ ਆਪਣਾ ਦਿਮਾਗ ਵੀ ਥੋੜਾ ਜਿਹਾ ਲਾਇਆ ਕਰੋ ਕਿ ਯਾਰ ਇਹ ਸਾਡੇ ਨਾਲ ਖੇਡ ਕੀ ਖੇਡ ਰਹੇ ਨੇ। ਇੱਥੇ ਕੋਈ ਪੰਜਾਬ ਭਰਾਵੋ ਪੰਜਾਬ ਦਰਦੀ ਨਹੀਂ, ਕੋਈ ਪੰਜਾਬ ਪੱਖੀ ਨਹੀਂ ਹੈਗਾ। ਜਿਹੜੇ ਸਭ ਜਿਹੜੇ ਵੱਡੇ ਵੱਡੇ ਪੰਜਾਬ ਅਤੈਸ਼ੀ ਕਹਾਉਂਦੇ ਆ, ਵੱਡੇ ਵੱਡੇ ਪੱਤਰਕਾਰ ਤੇ ਵੱਡੇ ਵੱਡੇ ਚੈਨਲ ਵਾਲੇ ਸਭ ਚੱਡਾਂ 'ਚ ਪੂਛ ਲੈ ਕੇ ਸਭ ਦੰਬ ਦਬਾ ਕੇ ਭੱਜਦੇ ਆ ਇੱਥੋਂ, ਸਭ ਇਹਨਾਂ ਦੇ ਗਿੱਟੀ ਡਿੱਗ ਪੈਂਦੇ ਜਾ ਕੇ। ਠੀਕ ਆ ਮਾਈ ਬਾਪ, ਜੋ ਤੁਸੀਂ ਕਹਿੰਦਾ ਹੋ ਠੀਕ ਹੈ। ਅੱਜ ਮੈਂ ਹੋਰ ਤੋਂ ਸੁਣ ਰਿਹਾ ਸੀ ਮਾਨ ਸਾਹਿਬ ਦਾ, ਕਹਿੰਦਾ ਜੀ ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਬੜੀ ਮਰਿਆਦਾ, ਉਹਦੀ ਮਾਣ ਸਤਿਕਾਰ ਰੱਖਣ ਦੀ ਖਾਤਰ, ਪੁਲਿਸ ਵੀ ਕਹਿ ਰਹੇ ਸੀ ਅਸੀਂ ਅੰਦਰ ਨਹੀਂ ਗਏ ਜੀ, ਤਾਂ ਨਹੀਂ ਗਏ ਅਸੀਂ, ਮਰਿਆਦਾ ਰੱਖਣੀ ਸੀ ਅਸੀਂ ਤਾਂ ਕਰਕੇ ਨਹੀਂ ਗਏ। ਮਾਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਜੀ ਉੱਥੇ ਨਾਲੇ ਜਿਹੜੀ ਘਟਨਾ ਵਾਪਰ ਗਈ ਤਾਂ ਮੇਰਾ ਹਦਾਇਤ ਕਹਿੰਦੇ ਸਖ਼ਤ ਸੀਗੀ ਕਿ ਤੁਸੀਂ ਇੱਕ ਛੱਟਾ ਵੀ ਗ੍ਰੰਥ ਸਾਹਿਬ ਦੇ ਉੱਤੇ ਨਹੀਂ ਪੈਣਾ ਚਾਹੀਦਾ ਪਾਣੀ ਦਾ, ਵਿਛਾੜਾਂ ਦਾ, ਇਸ ਤਰ੍ਹਾਂ ਦੀ ਗੱਲਬਾਤ ਨਾ ਹੋ ਜੇ। ਤੇ ਮਾਨ ਸਾਹਿਬ ਤੁਸੀਂ ਬਰਗਾੜੀ ਦਾਰੂ ਪੀ ਕੇ ਆ ਗਏ ਸੀ, ਯਾਦ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਰਗਾੜੀ ਦਾਰੂ ਪੀ ਕੇ ਆ ਗਏ ਸੀ, ਤੇ ਜਦੋਂ ਤੁਹਾਡਾ ਵਿਆਹ ਸੀ, ਤੁਹਾਡੇ ਵਿਆਹ ਵੇਲੇ ਜਦੋਂ ਗ੍ਰੰਥ ਸਾਹਿਬ ਦੇ ਆਏ ਨੇ ਸਰੂਪ ਲੈ ਕੇ ਆਇਆ ਪਾਲਕੀ ਦੇ ਵਿੱਚ, ਤੇ ਪਾਲਕੀ ਦੀ ਤਲਾਸੀ ਲਈ ਗਈ ਸੀ। ਇਸ ਕਰਕੇ ਇਹ ਗੱਲਾਂ ਦਾ, ਕੱਲੀ ਕੱਲੀ ਗੱਲ ਦਾ ਪੰਜਾਬ ਦੇ ਲੋਕਾਂ ਨੇ ਹਿਸਾਬ ਲੈਣਾ। ਵੋਟਾਂ 'ਚ ਲੈ ਲੈਣਗੇ, ਜਲੰਧਰ ਲੈ ਲੈਣਗੇ, ਗਾਹਾਂ 24 ਵੀ ਆਉਂਦੀ ਹੈ, ਪੁੱਛ ਲੈਣਗੇ ਤੁਹਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ। ਸੋ ਹੁਣ ਮੈਂ ਹੋਰ ਕੀ ਗੱਲ, ਇੱਕ ਹੋਰ ਸੁਣ ਲਓ। ਆ ਬਾਦਲ ਵਾਲੇ ਮੈਂ ਚੰਦੂ ਮਾਜਰਾ 'ਚ ਬੋਲਦਾ ਸੁਣਦਾ ਸੀਗਾ, ਆ ਚੰਦੂ ਮਾਜਰਾ ਬੋਲੀ ਜਾਂਦਾ ਜੀ, ਹੁਣ ਹੱਕ 'ਚ ਬੋਲੀ ਜਾਣਗੇ, ਹੁਣ ਇਹੀ ਬਾਦਲ ਹੱਕ 'ਚ ਬੋਲੀ ਜਾਣਗੇ ਅੰਮ੍ਰਿਤਪਾਲ ਦੇ, ਉਹਦੇ ਪਰਿਵਾਰ ਦੇ। ਪਹਿਲਾਂ ਵਿਰੋਧ ਕਰੀ ਗਏ, ਪਹਿਲਾਂ ਅਸੀਂ ਮਜੀਠੀਆ ਕਹਿੰਦਾ ਸੀਗਾ ਸਾਨੂੰ ਦਿਓ ਦੱਸ ਦਿਨ ਅਸੀਂ ਬੰਦੇ ਦਾ ਪੁੱਤ ਬਣਾ ਗਏ, ਚੰਨੀ ਚੰਗਾ ਚਾਹੇ ਮਾੜਾ, ਚੰਨੀ ਨੇ ਹਿੱਕ ਠੋਕ ਕੇ ਸਟੈਂਡ ਲਿਆ, ਚਾਹੇ ਉਦੋਂ ਲਿਆ ਹੋਵੇ ਕਿਸਾਨਾਂ ਨੇ ਤਾਂ ਮੋਦੀ ਘੇਰਿਆ ਸੀਗਾ ਪੁਲ ਤੇ, ਉਦੋਂ ਵੀ ਹਿੱਕ ਠੋਕ ਕੇ ਸਟੈਂਡ ਲਿਆ ਸੀ। ਆ ਜਦੋਂ ਇਹਦੀ ਅੰਮ੍ਰਿਤਪਾਲ ਦੇ ਘਰ ਵਾਲੀ ਕੁੜੀ ਰੋਕੀ ਆ ਉੱਥੇ ਆਪਣੇ ਅੱਡੇ ਤੇ ਜਾਂ ਜਾਲੇ ਤੇ, ਉਥੋਂ ਵੀ ਨਾ ਠੋਕ ਕੇ ਵੀ ਲਿਆ, ਤੁਹਾਡਾ ਬੰਦੇ ਨਾਲ ਲੜਾਈ ਹੈ, ਬੰਦੇ ਨਾਲ ਦੇਖੋ, ਤੁਹਾਡਾ ਬੁੜੀਆਂ ਨਾਲ ਤਾਂ ਕੋਈ ਰੌਲਾ ਨਹੀਂ ਹੈਗਾ। ਇਹੀ ਕੰਮ ਤਾਂ ਬੇਨਤਾ ਕਰਦਾ ਰਿਹਾ, ਨੌਜਵਾਨ ਕੁੜੀਆਂ ਨੂੰ ਚੱਕ ਕੇ ਥਾਣੇ 'ਚ ਲਿਜਾ ਕੇ ਨੰਗੀਆਂ ਕਰਕੇ ਜਲੀਲ ਕਰਨਾ, ਉਹਨਾਂ ਕੰਮਾਂ ਦੇ ਭੁੰਤ ਉਤਰਿਆ ਹੋਇਆ। ਕਿੰਨੇ ਬੰਦਿਆਂ ਦੇ ਪਰਿਵਾਰਾਂ ਨੂੰ ਮੈਂ ਦੁਬਾਰਾ ਫਿਰ ਦੱਸ ਦਿੰਦਾ, ਇੱਕ ਆਪਣਾ
ਇੰਗਲੈਂਡ ਰਹਿੰਦਾ ਉਹਦਾ ਨਾਂ ਪਤਾ ਨਹੀਂ ਕੀ ਆ ਉਹਦੇ ਪਰਿਵਾਰ ਨੂੰ ਉਹਦੀ ਮਾਂ ਤੇ ਪਿਓ ਨੂੰ ਮੇਰੇ ਦਿਮਾਗ ਚ ਨਿਕਲ ਗਿਆ ਉਹਦੇ ਮਾਂ ਤੇ ਪਿਓ ਨੂੰ ਆਪਣਾ ਉਹਦੀ ਮਾਂ ਤੇ ਸ਼ਾਇਦ ਉਹਦੀ ਪਤਾ ਨਹੀਂ ਚਾਚੀ ਸੀ ਜਾਂ ਕੋਈ ਭੈਣ ਸੀ ਉਹਨਾਂ ਨੂੰ ਥਾਣੇ ਚ ਬੁਲਾ ਕੇ ਰਿਲੀਜ਼ ਕੀਤਾ ਗਿਆ ਰੋਜ਼ ਬੁਲਾ ਲੈਂਦੇ ਆ ਥਾਣੇ ਚ ਇਹੀ ਉਹ ਬਘੇਲ ਨਾਲ ਹੋਇਆ ਉਹਦੇ ਉਹਦੇ ਵੀ ਉਹਦੇ ਘਰ ਵਾਲੀ ਤੇ ਉਹਦੇ ਪਰਿਵਾਰ ਨੂੰ ਰੱਖਿਆ ਵੀ ਇਹਨਾਂ ਨੇ ਤੁਹਾਡਾ ਯਾਰ ਕਿਸੇ ਨਾਲ ਬੰਦੇ ਨਾਲ ਕੋਈ ਬਖਰੇਵਾ ਹੋ ਸਕਦਾ ਤੁਹਾਡੀ ਕੋਈ ਵਿਚਾਰਕ ਬਖਰੇਵੇਂ ਸਿਧਾਂਤਕ ਬਖਰੇਵੇਂ ਤੁਹਾਡੀ ਕੋਈ ਹੋਊ ਵੀ ਦੁਸ਼ਮਣੀ ਹੋ ਸਕਦੀ ਹੈ ਮਰਦਾਂ ਦਾ ਕੰਮ ਨਹੀਂ ਹੁੰਦਾ ਜਨਾਨੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸੋ ਇਸ ਕਰਕੇ ਬਾਈ ਤੁਹਾਡੇ ਨਾਲ ਇਹ ਅਪੀਲ ਆ ਪੰਜਾਬ ਦੇ ਲੋਕੋ ਜੇ ਬਚਣਾ ਚਾਹੁੰਦੇ ਹੋ ਹਾਲਾਤ ਪੰਜਾਬ ਦੇ ਮਾੜੇ ਆ ਇਹਨਾਂ ਬੁੱਚੜਾਂ ਨੇ ਹੋਰ ਮਾੜੇ ਕਰਨੇ ਆ ਇਕੱਠੇ ਹੋ ਜਾਓ ਭਰਾਵੋ ਇਹ ਜਾਣ ਬੁੱਝ ਕੇ ਸਾਰਾ ਡਰਾਮਾ ਰਚਿਆ ਗਿਆ ਪਿਛਲੇ ਮਹੀਨਾ ਸਵਾ ਮਹੀਨੇ ਦੇ ਵਿਚ ਕਿਵੇਂ ਪੰਜਾਬ ਨੂੰ ਬਦਨਾਮ ਕੀਤਾ ਆ ਪੈਰਾਮਿਲਟਰੀ ਫੋਰਸਾਂ ਮੰਗਾਈ ਬੈਠਾ ਇਹਦਾ ਖਰਚਾ ਕਿਤੇ ਪੈ ਰਿਹਾ ਇਹਦਾ ਖਰਚਾ ਅਰਬਾਂ ਰੁਪਇਆ ਕਰੋੜਾਂ ਰੁਪਇਆ ਖਰਚਾ ਕਿਤੇ ਪੈ ਰਿਹਾ ਪੰਜਾਬ ਦੇ ਖਜ਼ਾਨੇ ਦੇ ਖਜ਼ਾਨੇ ਚ ਪੈ ਕਿਹਦਾ ਲੋਕਾਂ ਦਾ ਇਹ ਕਹਿੰਦਾ ਇਹਦਾ ਇੱਕ ਪਾਸੇ ਕਹਿੰਦਾ ਮੈਂ ਮੁਖਤਿਆਰ ਅੰਸਾਰੀ ਨੂੰ ਜੀ ਮੈਂ 55 ਲੱਖ ਰੁਪਇਆ ਜਿਹੜਾ ਉਹਨੂੰ ਉਹਦੇ ਤੇ ਖਰਚਾ ਆਇਆ ਉਹ ਮੈਂ ਉਸ ਸਮੇਂ ਦੇ ਮੰਤਰੀਆਂ ਤੋਂ ਲਊਂਗਾ ਉਸ ਸਮੇਂ ਦੀ ਸਰਕਾਰ ਦੇ ਲੋਕਾਂ ਤੋਂ ਲਊਂਗਾ ਤੇ ਤੂੰ ਜਿਹੜਾ ਭਾਈ ਸਾਹਿਬ 800 ਕਰੋੜ ਰੁਪਇਆ ਕੱਲੀ ਐਡ ਤੇ ਰੱਖੀ ਬੈਠਾ 800 ਕਰੋੜ ਰੁਪਇਆ ਕੱਲੀ ਐਡ ਤੇ ਕੱਲੀ ਮਸ਼ਹੂਰੀ ਤੇ ਅਖਬਾਰਾਂ ਨੂੰ ਬਾਹਰਲੇ ਸੂਬਿਆਂ ਨੂੰ ਇਸ਼ਤਿਹਾਰ ਦੇਣੇ ਬਾਹਰਲੇ ਚੈਨਲ ਨੂੰ ਇਸ਼ਤਿਹਾਰ ਦੇਣੇ ਉਹਦੇ 800 ਕਰੋੜ ਰੁਪਇਆ ਕੱਲਾ ਬਾਅਦ ਚ ਰੱਖੀ ਬੈਠਾ ਤੇ ਇਹ ਗੱਲ ਕਰਦਾ ਮੈਂ 55 ਲੱਖ ਕਹਿੰਦਾ ਮੈਂ ਬਚਾਉਣਾ ਹੈ ਕੋਈ ਇਹਦੇ ਕੋਈ ਦਮ ਵਾਲੀ ਗੱਲ ਇਹਦੇ ਚ ਜਾ ਦੋ ਕੋਈ ਦਮਦਾਰ ਦੀ ਗੱਲ ਹੈਗੀ ਹੈ ਤਾਂ ਵੀ ਹਾਂ ਵੀ ਆਹ ਬੰਦਾ ਪੰਜਾਬ ਪੱਖੀ ਹੈ ਇਹ ਤੇ ਕਿਹੜੇ ਮੂੰਹ ਨਾਲ ਇਹਨੂੰ ਜਲੰਧਰ ਦੇ ਲੋਕ ਵੋਟ ਪਾਉਣਗੇ ਬਈ ਦੱਸ ਦਿਓ ਉਥੇ ਕੇਜਰੀਵਾਲ ਕਹੀ ਜਾਂਦਾ ਕਿ ਕੰਮ ਤਾਂ ਫਿਰ ਸਾਡੇ ਕੋਲ ਹੀ ਆਉਂਗੇ ਦਬਕੇ ਨਾਲ ਵੋਟ ਮੰਗਦੇ ਆ ਕਮਾਲ ਹੈ ਯਾਰ ਤੇ ਦਬਕਾ ਪੰਜਾਬ ਨੇ ਝੱਲਿਆ ਕਦੇ ਕਿਹਦਾ ਇਹ ਕਿਹੜੇ ਭੁਲੇਖੇ ਤੁਰੇ ਫਿਰਦੇ ਤੁਸੀਂ ਹੁਣ ਤੁਸੀਂ ਦੇਖ ਲਿਓ ਬਾਈ ਹੁਣ ਸਾਰੇ ਇੱਥੇ ਇਹ ਵੀਡੀਓ ਵੀ ਪਾਉਣਗੇ ਬੋਲਣਗੇ ਵੀ ਪ੍ਰਚਾਰ ਵੀ ਕਰਨਗੇ ਜਿਹੜਾ ਮਾੜੇ ਵਕਤ ਇੱਥੇ ਆਪਾਂ ਦੇਖ ਹੀ ਲਿਆ ਕਿਹੜਾ ਇੱਥੇ ਖੜਿਆ ਤੂੰ ਸਭ ਚੱਡਾਂ ਪੂਲ ਲੈ ਕੇ ਅੰਦਰ ਵੜ ਗਏ ਸੀਗੇ ਭਰਾਵੋ ਇਸ ਕਰਕੇ ਜਿਹੜਾ ਤੁਹਾਡੇ ਲਈ ਲੜਦਾ ਜਿਹੜਾ ਪੰਜਾਬ ਲਈ ਲੜਦਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਲੜਦਾ ਉਹਦੇ ਨਾਲ ਖੜ ਜਾਇਆ ਕਰੋ ਇਕੱਲੀਆਂ ਟਿੱਪਣੀਆਂ ਕਰਕੇ ਨਹੀਂ ਗੱਲ ਬਣਦੀ ਹੁੰਦੀ ਵੀ ਹਾਂ ਬੱਲੇ ਬੱਲੇ ਕਰਤੀ ਫੇਸਬੁੱਕਾਂ ਤੇ ਨਹੀਂ ਜਿੱਥੇ ਕਦੇ ਕੋਈ ਭੀੜ ਪੈਂਦੀ ਹੈ ਵਿਵਸਥਾ ਪੈਂਦੀ ਹੈ ਆਪਣੇ ਬੰਦਿਆਂ ਨਾਲ ਖੜ ਜਾਇਆ ਕਰੋ ਪੰਜਾਬ ਨਾਲ ਖੜੋ ਪੰਜਾਬੀਅਤ ਨਾਲ ਖੜੋ ਆਪਣੀ ਧਰਤੀ ਆਪਣੇ ਲੋਕਾਂ ਨਾਲ ਖੜੋ ਸੋ ਇਹ ਗੱਲਾਂ ਦੇ ਗੌਰ ਰੱਖਿਓ ਤੇ ਜੇ ਹੈ ਹਿੰਮਤ ਤਾਂ ਮੈਂ ਫੇਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਕੋਈ ਨਿਰਪੱਖ ਜਿਹਾ ਪੱਤਰਕਾਰ ਆਪਾਂ ਦੇਖ ਲਾਂਗੇ ਤੂੰ ਉਹਦੇ ਗੱਲਾਂ ਦਾ ਜਵਾਬ ਦੇ ਰਹੀ ਤੂੰ ਤਾਂ ਕਹਿੰਦਾ ਮੋਦੀ ਇੰਟਰਵਿਊ ਨਹੀਂ ਦਿੰਦਾ ਤੂੰ ਤਾਂ ਕਹਿੰਦਾ ਇੰਟਰਵਿਊ ਨਹੀਂ ਦਿੰਦਾ ਮੋਦੀ ਪੱਤਰਕਾਰਾਂ ਨੂੰ ਜਿਹੜੇ ਨਿਰਪੱਖ ਪੱਤਰਕਾਰ ਨੇ ਵਧੀਆ ਪੱਤਰਕਾਰ ਨੇ ਰਵੀਸ਼ ਕੁਮਾਰ ਵਰਗੇ ਜਾਂ ਹੋਰ ਤੁਸੀਂ ਕੀ ਕਰ ਰਹੇ ਹੋ ਜੇ ਤੇਰੇ ਚ ਹਿੰਮਤ ਆ ਇਹਨਾਂ ਗੱਲਾਂ ਦੀ ਜਵਾਬ ਦੇਣ ਤੇਰੇ 14 ਮਹੀਨਾ ਲੇਖਾ ਜੋਖਾ ਤੂੰ ਜਵਾਬ ਦੇਣੇ ਕੋਈ ਪੱਤਰਕਾਰ ਅਸੀਂ ਭੇਜ ਦਿਆਂਗੇ ਇੱਕ ਦੋ ਜਿਹੜੇ ਚੰਗੇ ਹਾਲੇ ਵੀ ਹੈਗੇ ਆ ਜਿਹਨਾਂ ਦਾ ਦੀਨ ਇਮਾਨ ਹਲੇ ਵੀ ਜਾਉਂਦਾ ਅਣਖ ਮਾੜੀ ਮੁੱਟੀ ਜਾਉਂਦੀ ਹੈ ਇੱਕ ਵੀ ਸਵਾਲ ਦਾ ਤੂੰ ਜਵਾਬ ਦੇ ਦੀ ਅਸੀਂ ਮੰਨ ਜਾਂਗੇ ਤੂੰ ਬਾਕੀ ਪੰਜਾਬ ਦਰਦੀ ਆ ਸੋ ਇਹ ਗੱਲਾਂ ਬਾਤਾਂ ਸੀ ਬਾਈ ਜੋ ਗੱਲਾਂ ਬਾਤਾਂ ਇੱਥੇ ਮੀਡੀਆ ਦੁਆਰਾ ਪ੍ਰਾਪੇ ਗੰਡਾ ਪ੍ਰਚਾਰ ਫੈਲਾਇਆ ਜਾਂਦਾ ਉਹਦਾ ਖਿਆਲ ਰੱਖਿਆ ਕਰੋ ਆਪਦਾ ਦਿਮਾਗ ਲਾਇਆ ਕਰੋ ਇਹ ਸਾਡੇ ਦਿਮਾਗ ਦੇ ਵਿੱਚ ਗੱਲਾਂ ਬਾੜਦੇ ਨੇ ਉਹੋ ਜਿਹੇ ਪ੍ਰਚਾਰ ਨਾਲ ਉਹੋ ਜਿਹੇ ਪ੍ਰਾਪੇ ਗੰਡੇ ਨਾਲ ਤਾਂ ਕਿ ਲੋਕ ਵੀ ਉਹਨਾਂ ਗੱਲਾਂ ਮਗਰ ਲੱਗ ਜਾਣ ਪਰ ਦੇਖੋ ਕਿ ਪੰਜਾਬ ਨਾਲ ਵਾਪਰ ਕੀ ਰਿਹਾ ਰਲੇ ਕੌਣ ਕੌਣ ਨੇ ਇਕੱਠੇ ਸਾਰੇ ਭਰਾਵੋ ਇਕੱਠੇ ਹੈ ਪੰਜਾਬ ਨੂੰ ਮਾਰਨ ਦੇ ਉੱਤੇ ਬਾਦਲ ਕਾਂਗਰਸੀ ਬੀਜੇਪੀ ਵਾਲੇ ਅਬੋਕਰ ਵਾਲੇ ਇਹ ਸਾਰੇ ਇਕੱਠੇ ਹੈ ਕੋਈ ਪੰਜਾਬ ਦਰਦੀ ਨਹੀਂ ਇੱਥੇ ਸਭ ਢੌਂਗ ਕਰ ਰਿਹਾ ਸਭ ਡਰਾਮੇ ਕਰ ਰਹੇ ਆ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਦਾ ਕੋਈ ਪ੍ਰਵਾਸ ਤੇ ਨਹੀਂ ਗੱਲ ਰੁਕ ਰਹੀ ਵੀ ਸਾਡਾ ਕਿੰਨਾ ਪੰਜਾਬ ਉੱਜੜ ਰਿਹਾ ਵਿਹਲਾ ਹੋ ਰਿਹਾ ਖਾਲੀ ਹੋਈ ਜਾਂਦੇ ਪਿੰਡਾਂ ਦੇ ਪਿੰਡ ਬਾਹਰਲੇ ਪ੍ਰਵਾਸੀ ਇੱਥੇ ਕਬਜ਼ਾ ਕਰੀ ਜਾਂਦੇ ਆ ਕੋਈ ਪੰਜਾਬੀ ਬੋਲੀ ਦੀ ਗੱਲ ਨਹੀਂ ਕਰਦਾ ਉਹ ਵੀ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਇੱਥੇ ਇੱਕ ਹੈਗਾ ਘੱਲ ਖੁਰਦ ਸਕੂਲ ਹੈ ਬ੍ਰਿਟਿਸ਼ ਸਕੂਲ ਉਹਦਾ ਨਾਂ ਹੈ ਬ੍ਰਿਟਿਸ਼ ਕਰਕੇ ਉੱਥੇ ਕੱਲ ਦੀ ਗੱਲ ਹੈ ਅੱਜ ਖਬਰ ਲੱਗੀ ਅਖਬਾਰ ਚ ਉੱਥੇ ਉਹਨਾਂ ਨੇ ਇੱਕ ਰੈਲੀ ਕੱਢੀ ਸਕੂਲ ਵਾਲਿਆਂ ਨੇ ਤਖਤੀਆਂ ਫੜਾ ਕੇ ਜਵਾਕਾਂ ਦੇ ਹੱਥਾਂ ਚ ਸਾਰੀਆਂ ਜਵਾਨਾਂ ਦੇ ਵਿੱਚ ਲਿਖਿਆ ਹੋਇਆ ਤਖਤੀਆਂ ਨੇ ਉੱਥੇ ਪੰਜਾਬੀ ਚ ਲਿਖਿਆ ਨੀ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਕਹਿੰਦੇ ਅਸੀਂ ਭੁੱਲ ਗਏ ਦੱਸੋ ਇੱਥੇ ਜੋ ਪੰਜਾਬ ਨਾਲ ਵਾਪਰ ਰਿਹਾ ਬਹੁਤ ਖਤਰਨਾਕ ਵਰਤਾਰਾ ਵਾਪਰ ਰਿਹਾ ਇਸ ਕਰਕੇ ਮੇਰਾ ਵੀਰ ਇਹ ਤਾਂ ਲੋਕਾਂ ਨੂੰ ਜਾਗਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ
ਤਾਂ ਜਾ ਕੇ ਆਪਾਂ ਕੋਈ ਮਾੜਾ ਮੋਟਾ ਹੱਲ ਆ ਜਿਹੜਾ ਪੰਜਾਬ ਦਾ ਹੋ ਸਕਦਾ। ਸੋ ਇੰਨੀਆਂ ਮੇਰੀਆਂ ਵਿਚਾਰਾਂ ਸੀਗੀਆਂ ਤੁਹਾਡੇ ਨਾਲ ਜਿਹੜੀਆਂ ਮੈਂ ਸਾਂਝੀਆਂ ਕੀਤੀਆਂ ਨੇ ਕਿ ਸਾਨੂੰ ਜਿਹੜਾ ਇੱਕ ਬਾਈ ਲਿਖਦਾ ਬਾਈ ਕਹਿੰਦਾ ਭੇਡਾਂ ਨੇ, ਚਲੋ ਭੇਡਾਂ ਵੀ ਆਪਾਂ ਨਹੀਂ ਕਹਿੰਦੇ, ਨਾ ਸਮਝੀ ਹੁੰਦੀ ਹੈ।